ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ, ਇੱਕ ਵਾਰੀ ਨਾ ਬਾਬਾ ਬੁੱਲੇ ਸ਼ਾਹ ਨੂੰ ਦੁੱਧ ਦੀ ਜ਼ਰੂਰਤ ਪਈ ਤੇ ਉਹ ਦੁੱਧ ਖਰੀਦਣ ਲਈ ਲਾਹੌਰ ਸ਼ਹਿਰ ਦੇ ਬਾਜ਼ਾਰ ਵੱਲ ਨੂੰ ਚੱਲ ਪੈਂਦੇ ਆ। ਕੀ ਦੇਖਦੇ ਆ ਵੀ ਇੱਕ ਤਖਤ ਪੋਸ਼ ਦੇ ਉੱਤੇ ਦੋ ਬਾਲਟੀਆਂ ਦੇ ਵਿੱਚ ਦੁੱਧ ਭਰੀ ਇੱਕ ਗਵਾਲਣ ਦੁੱਧ ਵੇਚ ਰਹੀ ਹੁੰਦੀ ਹੈ। ਤਾਂ ਬਾਬੇ ਬੁੱਲੇ ਸ਼ਾਹ ਕਹਿੰਦੇ ਕਿ ਉਹ ਗਵਾਲਣ ਕੀ ਕਰਦੀ ਹੈ ਵੀ ਜਦੋਂ ਉਹਦਾ ਕੋਈ ਗਾਹਕ ਆਉਂਦਾ ਉਹਦੇ ਤੋਂ ਪੈਸੇ ਫੜਦੀ ਹੈ, ਪੈਸਿਆਂ ਨੂੰ ਗਿਣਦੀ ਹੈ ਤੇ ਮੁੜ ਕੇ ਮਿਣ ਕੇ ਦੁੱਧ ਪਾ ਦਿੰਦੀ ਹੈ। ਇਹ ਲਗਾਤਾਰ ਹੀ ਉਹ ਇਹ ਕੰਮ ਕਰੀ ਜਾਂਦੀ ਹੈ, ਗਾਹਕ ਤੋਂ ਪੈਸੇ ਫੜਦੀ ਹੈ, ਗਿਣਦੀ ਹੈ ਤੇ ਮਿਣ ਕੇ ਦੁੱਧ ਉਹਨਾਂ ਦੇ ਭਾਂਡੇ ਦੇ ਵਿੱਚ ਪਾ ਕੇ ਉਹ ਆਪਣਾ ਇਹ ਜਿਹੜਾ ਕੰਮ ਹੈ ਉਹ ਕਰੀ ਜਾਂਦੀ ਹੈ। ਥੋੜੀ ਦੇਰ ਬਾਅਦ ਕੀ ਹੁੰਦਾ ਵੀ ਇੱਕ ਬੜਾ ਹੀ ਸੋਹਣਾ ਨੌਜਵਾਨ ਉੱਥੇ ਆਉਂਦਾ ਤੇ ਉਹ ਗਵਾਲਣ ਦੀ ਤਲੀ ਦੇ ਉੱਤੇ ਕੁਛ ਧਰ ਦਿੰਦਾ ਤਾਂ ਉਹ ਮੁੱਠੀ ਮੀਚ ਲੈਂਦੀ ਹੈ ਤੇ ਜਿਹੜਾ ਉਹ ਨੌਜਵਾਨ ਹੁੰਦਾ ਉਹਦੇ ਭਾਂਡੇ ਨੂੰ ਨੱਕੋ ਨੱਕ ਦੁੱਧ ਨਾਲ ਭਰ ਦਿੰਦੀ ਹੈ। ਤਾਂ ਬਾਬਾ ਬੁੱਲੇ ਸ਼ਾਹ ਬੜੇ ਹੈਰਾਨ ਹੁੰਦੇ ਆ, ਉਹ ਕਹਿੰਦੇ ਵੀ ਪਹਿਲਾਂ ਤਾਂ ਵੀ ਇਹ ਅਸੂਲਾਂ ਦੇ ਮੁਤਾਬਕ ਸਾਰਾ ਕੰਮ ਕਰੀ ਜਾਂਦੀ ਸੀ ਪਰ ਇਹ ਨੌਜਵਾਨ ਦੇ ਨਾਲ ਨਾ ਤਾਂ ਉਹਨੇ ਉਹਦੇ ਤੋਂ ਪੈਸੇ ਗਿਣ ਕੇ ਲਏ ਹੈ ਤੇ ਨਾ ਹੀ ਦੁੱਧ ਉਹਨੂੰ ਮਿਣ ਕੇ ਦਿੱਤਾ, ਵੀ ਇਹ ਕੀ ਚੱਕਰ ਹੈ। ਤਾਂ ਉਹ ਕਹਿੰਦੇ ਵੀ ਕਿਉਂ ਨਾ ਉਸ ਗਵਾਲਣ ਨੂੰ ਇਹਦਾ ਸਵਾਲ ਜਿਹੜਾ ਇਹ ਸਵਾਲ ਹੈ ਉਹਦਾ ਜਵਾਬ ਪੁੱਛਿਆ ਜਾਵੇ। ਤਾਂ ਗਵਾਲਣ ਨੂੰ ਜਾ ਕੇ ਪੁੱਛਦੇ ਆ ਵੀ ਮੈਂ ਤੈਨੂੰ ਬੜੀ ਦੇਰ ਦਾ ਦੇਖ ਰਿਹਾ ਸੀ ਵੀ ਤੂੰ ਸਾਰਿਆਂ ਦੇ ਨਾਲ ਗਿਣਤੀ ਮਿਣਤੀ ਕਰੀ ਜਾਂਦੀ ਸੀਗੀ ਵੀ ਗਿਣ ਕੇ ਪੈਸੇ ਲੈ ਰਹੀ ਸੀ ਤੇ ਮਿਣ ਕੇ ਦੁੱਧ ਦੇ ਰਹੀ ਸੀ ਤੇ ਪਰ ਜਿਹੜਾ ਇਹ ਨੌਜਵਾਨ ਸੀ ਇਹਨੂੰ ਤੂੰ ਨਾ ਤਾਂ ਇਹਦੇ ਤੋਂ ਪੈਸੇ ਗਿਣ ਕੇ ਲਏ ਆ ਤੇ ਨਾ ਹੀ ਦੁੱਧ ਮਿਣ ਕੇ ਦਿੱਤਾ। ਤਾਂ ਫਿਰ ਉਹ ਗਵਾਲਣ ਕਹਿੰਦੀ ਜਿਹਦੇ ਨਾਲ ਇਸ਼ਕ ਤੇ ਮੁਹੱਬਤ ਹੋਵੇ ਨਾ ਉਹਦੇ ਨਾਲ ਲੇਖਾ ਜੋਖਾ ਨਹੀਂ ਕਰੀਦਾ। ਤਾਂ ਬਾਬਾ ਬੁੱਲੇ ਸ਼ਾਹ ਨੂੰ ਉਹਦੀ ਗੱਲ ਜਿਹੜੀ ਹੈ ਬੜੀ ਸੱਟ ਮਾਰਦੀ ਹੈ। ਉਹ ਕਹਿੰਦੇ ਉਹ ਬਾਬਾ ਬੁੱਲੇ ਸ਼ਾਹ ਕਹਿੰਦੇ ਵੀ ਉਹਨਾਂ ਨੇ ਆਪਦੇ ਆਪ ਨੂੰ ਲਾਹਨਤਾਂ ਪਾਈਆਂ ਵੀ ਇੱਕ ਆਮ ਜਿਹੜੀ ਗਵਾਲਣ ਹੈ ਉਹ ਕੋਈ ਸਧਾਰਨ ਮੁੰਡੇ ਦੇ ਪਿਆਰ ਦੇ ਵਿੱਚ ਮਤਲਬ ਉਹਦੇ ਨਾਲ ਵੀ ਲੇਖਾ ਜੋਖਾ ਨਹੀਂ ਕਰਦੀ ਤੇ ਮੈਂ ਕਹਿੰਦਾ ਵੀ ਦੀਨ ਦੁਨੀਆਂ ਦਾ ਜਿਹੜਾ ਮਾਲਕ ਹੈ ਉਹਦਾ ਨਾਮ ਵੀ ਤਸਬੀਹ ਦੇ ਨਾਲ ਗਿਣ ਗਿਣ ਕੇ ਲੈ ਰਿਹਾ ਵੀ ਮੈਂ ਕਿਹੜੇ ਲੇਖੇ ਜੋਖਿਆਂ ਚ ਪਿਆ। ਤਾਂ ਕਹਿੰਦੇ ਬਾਬਾ ਬੁੱਲੇ ਸ਼ਾਹ ਨੇ ਫਿਰ ਜਿਹੜੀ ਤਸਬੀਹ ਆਪਦੀ ਚਲਾ ਕੇ ਮਾਰੀ ਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਪਰਮਾਤਮਾ ਦਾ ਨਾਮ ਜਪਣ ਦੇ ਲਈ ਕੋਈ ਲੇਖਾ ਜੋਖਾ ਨਹੀਂ ਰੱਖਿਆ। ਦੋਸਤੋ, ਅਸੀਂ ਵੀ ਇਹਨਾਂ ਹਿਸਾਬ ਕਿਤਾਬਾਂ ਦੇ ਵਿੱਚ ਪਏ ਹੋਏ ਹਾਂ, ਗਿਣ ਗਿਣ ਕੇ ਅਸੀਂ ਪਾਠ ਕਰ ਰਹੇ ਹਾਂ, ਚਾਲੀਏ ਸੁੱਖਦੇ ਹਾਂ, ਸੋ ਸਾਨੂੰ ਵੀ ਇਹ ਜਿਹੜੀ ਤਸਬੀਹ ਹੈ ਸੁੱਟਣ ਦੀ ਲੋੜ ਹੈ। ਕਹਿੰਦੇ ਬਾਬਾ ਬੁੱਲੇ ਸ਼ਾਹ ਕਹਿੰਦੇ ਆ, ਕਹਿੰਦੇ ਤਸਬੀਹ ਫਿਰੀ ਪਰ ਦਿਲ ਨਾ ਫਿਰਿਆ, ਤਸਬੀਹ ਫਿਰੀ ਪਰ ਦਿਲ ਨਾ ਫਿਰਿਆ, ਕੀ ਲੈਣਾ ਤਸਬੀਹ ਫੜ ਕੇ, ਜਾਗ ਬਿਨਾ ਦੁੱਧ ਨਹੀਂ ਉਹ ਜੰਮਦਾ ਤੇ ਭਾਵੇਂ ਲਾਲ ਹੋਵੇ ਕੜ ਕੜ ਕੇ। ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ, ਇੱਕ ਵਾਰੀ ਨਾ ਬਾਬਾ ਬੁੱਲੇ ਸ਼ਾਹ ਨੂੰ ਦੁੱਧ ਦੀ ਜ਼ਰੂਰਤ ਪਈ ਤੇ ਉਹ ਦੁੱਧ ਖਰੀਦਣ ਲਈ ਲਾਹੌਰ ਸ਼ਹਿਰ ਦੇ ਬਾਜ਼ਾਰ ਵੱਲ ਨੂੰ ਚੱਲ ਪੈਂਦੇ ਆ। ਕੀ ਦੇਖਦੇ ਆ ਵੀ ਇੱਕ ਤਖਤ ਪੋਸ਼ ਦੇ ਉੱਤੇ ਦੋ ਬਾਲਟੀਆਂ ਦੇ ਵਿੱਚ ਦੁੱਧ ਭਰੀ ਇੱਕ ਗਵਾਲਣ ਦੁੱਧ ਵੇਚ ਰਹੀ ਹੁੰਦੀ ਹੈ। ਤਾਂ ਬਾਬੇ ਬੁੱਲੇ ਸ਼ਾਹ ਕਹਿੰਦੇ ਕਿ ਉਹ ਗਵਾਲਣ ਕੀ ਕਰਦੀ ਹੈ ਵੀ ਜਦੋਂ ਉਹਦਾ ਕੋਈ ਗਾਹਕ ਆਉਂਦਾ ਉਹਦੇ ਤੋਂ ਪੈਸੇ ਫੜਦੀ ਹੈ, ਪੈਸਿਆਂ ਨੂੰ ਗਿਣਦੀ ਹੈ ਤੇ ਮੁੜ ਕੇ ਮਿਣ ਕੇ ਦੁੱਧ ਪਾ ਦਿੰਦੀ ਹੈ। ਇਹ ਲਗਾਤਾਰ ਹੀ ਉਹ ਇਹ ਕੰਮ ਕਰੀ ਜਾਂਦੀ ਹੈ, ਗਾਹਕ ਤੋਂ ਪੈਸੇ ਫੜਦੀ ਹੈ, ਗਿਣਦੀ ਹੈ ਤੇ ਮਿਣ ਕੇ ਦੁੱਧ ਉਹਨਾਂ ਦੇ ਭਾਂਡੇ ਦੇ ਵਿੱਚ ਪਾ ਕੇ ਉਹ ਆਪਣਾ ਇਹ ਜਿਹੜਾ ਕੰਮ ਹੈ ਉਹ ਕਰੀ ਜਾਂਦੀ ਹੈ। ਥੋੜੀ ਦੇਰ ਬਾਅਦ ਕੀ ਹੁੰਦਾ ਵੀ ਇੱਕ ਬੜਾ ਹੀ ਸੋਹਣਾ ਨੌਜਵਾਨ ਉੱਥੇ ਆਉਂਦਾ ਤੇ ਉਹ ਗਵਾਲਣ ਦੀ ਤਲੀ ਦੇ ਉੱਤੇ ਕੁਛ ਧਰ ਦਿੰਦਾ ਤਾਂ ਉਹ ਮੁੱਠੀ ਮੀਚ ਲੈਂਦੀ ਹੈ ਤੇ ਜਿਹੜਾ ਉਹ ਨੌਜਵਾਨ ਹੁੰਦਾ ਉਹਦੇ ਭਾਂਡੇ ਨੂੰ ਨੱਕੋ ਨੱਕ ਦੁੱਧ ਨਾਲ ਭਰ ਦਿੰਦੀ ਹੈ। ਤਾਂ ਬਾਬਾ ਬੁੱਲੇ ਸ਼ਾਹ ਬੜੇ ਹੈਰਾਨ ਹੁੰਦੇ ਆ, ਉਹ ਕਹਿੰਦੇ ਵੀ ਪਹਿਲਾਂ ਤਾਂ ਵੀ ਇਹ ਅਸੂਲਾਂ ਦੇ ਮੁਤਾਬਕ ਸਾਰਾ ਕੰਮ ਕਰੀ ਜਾਂਦੀ ਸੀ ਪਰ ਇਹ ਨੌਜਵਾਨ ਦੇ ਨਾਲ ਨਾ ਤਾਂ ਉਹਨੇ ਉਹਦੇ ਤੋਂ ਪੈਸੇ ਗਿਣ ਕੇ ਲਏ ਹੈ ਤੇ ਨਾ ਹੀ ਦੁੱਧ ਉਹਨੂੰ ਮਿਣ ਕੇ ਦਿੱਤਾ, ਵੀ ਇਹ ਕੀ ਚੱਕਰ ਹੈ। ਤਾਂ ਉਹ ਕਹਿੰਦੇ ਵੀ ਕਿਉਂ ਨਾ ਉਸ ਗਵਾਲਣ ਨੂੰ ਇਹਦਾ ਸਵਾਲ ਜਿਹੜਾ ਇਹ ਸਵਾਲ ਹੈ ਉਹਦਾ ਜਵਾਬ ਪੁੱਛਿਆ ਜਾਵੇ। ਤਾਂ ਗਵਾਲਣ ਨੂੰ ਜਾ ਕੇ ਪੁੱਛਦੇ ਆ ਵੀ ਮੈਂ ਤੈਨੂੰ ਬੜੀ ਦੇਰ ਦਾ ਦੇਖ ਰਿਹਾ
ਰਿਹਾ ਸੀ ਵੀ ਤੂੰ ਸਾਰਿਆਂ ਦੇ ਨਾਲ ਗਿਣਤੀ ਮਿਣਤੀ ਕਰੀ ਜਾਂਦੀ ਸੀਗੀ ਵੀ ਗਿਣ ਕੇ ਪੈਸੇ ਲੈ ਰਹੀ ਸੀ ਤੇ ਮਿਣ ਕੇ ਦੁੱਧ ਦੇ ਰਹੀ ਸੀ ਤੇ ਪਰ ਜਿਹੜਾ ਇਹ ਨੌਜਵਾਨ ਸੀ ਇਹਨੂੰ ਤੂੰ ਨਾ ਤਾਂ ਇਹਦੇ ਤੋਂ ਪੈਸੇ ਗਿਣ ਕੇ ਲਏ ਆ ਤੇ ਨਾ ਹੀ ਦੁੱਧ ਮਿਣ ਕੇ ਦਿੱਤਾ ਤਾਂ ਫਿਰ ਉਹ ਗਵਾਲਣ ਕਹਿੰਦੀ ਕਹਿੰਦੀ ਜਿਹਦੇ ਨਾਲ ਇਸ਼ਕ ਤੇ ਮੁਹੱਬਤ ਹੋਵੇ ਨਾ ਉਹਦੇ ਨਾਲ ਲੇਖਾ ਜੋਖਾ ਨਹੀਂ ਕਰੀਦਾ ਤਾਂ ਬਾਬਾ ਬੁੱਲੇ ਸ਼ਾਹ ਨੂੰ ਉਹਦੀ ਗੱਲ ਜਿਹੜੀ ਹੈ ਬੜੀ ਸੱਟ ਮਾਰਦੀ ਹੈ ਉਹ ਕਹਿੰਦੇ ਉਹ ਬਾਬਾ ਬੁੱਲੇ ਸ਼ਾਹ ਕਹਿੰਦੇ ਵੀ ਉਹਨਾਂ ਨੇ ਆਪਦੇ ਆਪ ਨੂੰ ਲਾਹਨਤਾਂ ਪਾਈਆਂ ਵੀ ਇੱਕ ਆਮ ਜਿਹੜੀ ਗਵਾਲਣ ਹੈ ਉਹ ਇੱਕ ਸਧਾਰਨ ਮੁੰਡੇ ਦੇ ਪਿਆਰ ਦੇ ਵਿੱਚ ਮਤਲਬ ਉਹਦੇ ਨਾਲ ਵੀ ਲੇਖਾ ਜੋਖਾ ਨਹੀਂ ਕਰਦੀ ਤੇ ਮੈਂ ਕਹਿੰਦਾ ਵੀ ਦੀਨ ਦੁਨੀਆਂ ਦਾ ਜਿਹੜਾ ਮਾਲਕ ਹੈ ਉਹਦਾ ਨਾਮ ਵੀ ਤਸਬੀ ਦੇ ਨਾਲ ਗਿਣ ਗਿਣ ਕੇ ਲੈ ਰਿਹਾ ਵੀ ਮੈਂ ਕਿਹੜੇ ਲੇਖੇ ਜੋਖਿਆਂ ਚ ਪਿਆ ਤਾਂ ਕਹਿੰਦੇ ਬਾਬਾ ਬੁੱਲੇ ਸ਼ਾਹ ਨੇ ਫਿਰ ਜਿਹੜੀ ਤਸਬੀ ਆਪਦੀ ਚਲਾ ਕੇ ਮਾਰੀ ਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਪਰਮਾਤਮਾ ਦਾ ਨਾਮ ਜਪਣ ਦੇ ਲਈ ਕੋਈ ਲੇਖਾ ਜੋਖਾ ਨਹੀਂ ਰੱਖਿਆ ਦੋਸਤੋ ਅਸੀਂ ਵੀ ਇਹਨਾਂ ਹਿਸਾਬ ਕਿਤਾਬਾਂ ਦੇ ਵਿੱਚ ਪਏ ਹੋਏ ਹਾਂ ਗਿਣ ਗਿਣ ਕੇ ਅਸੀਂ ਪਾਠ ਕਰ ਰਹੇ ਹਾਂ ਚਾਲੀਏ ਸੁੱਖਦੇ ਹਾਂ ਸੋ ਸਾਨੂੰ ਵੀ ਇਹ ਜਿਹੜੀ ਤਸਬੀ ਹੈ ਸੁੱਟਣ ਦੀ ਲੋੜ ਹੈ ਕਹਿੰਦੇ ਬਾਬਾ ਬੁੱਲੇ ਸ਼ਾਹ ਕਹਿੰਦੇ ਆ ਕਹਿੰਦੇ ਤਸਬੀ ਫਿਰੀ ਪਰ ਦਿਲ ਨਾ ਫਿਰਿਆ ਤਸਬੀ ਫਿਰੀ ਪਰ ਦਿਲ ਨਾ ਫਿਰਿਆ ਕੀ ਲੈਣਾ ਤਸਬੀ ਫੜ ਕੇ ਜਾਗ ਬਿਨਾਂ ਦੁੱਧ ਨਹੀਂ ਉਹ ਜੰਮਦਾ ਤੇ ਭਾਵੇਂ ਲਾਲ ਹੋਵੇ ਕੜ ਕੜ ਕੇ।